ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਏਵੀ ਫੂਡ ਮੈਜਿਕ 'ਚ। ਅੱਜ ਅਸੀਂ ਆਪਣੇ ਕਿਚਨ 'ਚ ਬਣਾਉਣ ਜਾ ਰਹੇ ਹਾਂ ਅੰਮ੍ਰਿਤਸਰੀ ਛੋਲੇ ਔਰ ਬ੍ਰੈਡ ਅਤੇ ਭਟੂਰੇ। ਇੰਨੀ ਈਜ਼ੀ ਰੈਸਪੀ ਹੈ, ਤੁਸੀਂ ਆਸਾਨੀ ਨਾਲ ਬਣਾ ਲਓਗੇ ਔਰ ਸਭ ਨੂੰ ਬਹੁਤ ਪਸੰਦ ਆਏਗੀ। ਭਟੂਰੇ ਔਰ ਛੋਲੇ ਤਾਂ ਵੈਸੇ ਹੀ ਸਭ ਦੇ ਫੇਵਰੇਟ ਨੇ। ਇਹਦੇ ਵਾਸਤੇ ਅਸੀਂ ਲਿੱਤੇ ਸਨ 1.5 ਗਲਾਸ ਛੋਲੇ, ਜਿਨ੍ਹਾਂ ਨੂੰ ਅਸੀਂ ਰਾਤ ਭਰ ਪਾਣੀ 'ਚ ਭਿਗੋ ਕੇ ਰੱਖ ਦਿੱਤਾ ਸੀ। ਇਹਨਾਂ ਨੂੰ ਨਿਕਾਲ ਲਾਂਗੇ ਅਸੀਂ ਇੱਕ ਕੁੱਕਰ 'ਚ। ਅੱਛੇ ਤਰੀਕੇ ਨਾਲ ਛੋਲੇ ਫੁੱਲ ਗਏ ਨੇ, ਇਹਦੇ 'ਚ ਪਾਉਂਗੇ ਅਸੀਂ 2 ਪਿਆਜ਼। ਇਹਨੂੰ ਅਸੀਂ ਪਤਲਾ ਔਰ ਲੰਬਾ ਕੱਟ ਲਿੱਤਾ ਹੈ। ਇਹਦੇ ਨਾਲ ਹੀ ਅਸੀਂ ਇਹਦੇ 'ਚ ਪਾਉਂਗੇ ਥੋੜ੍ਹਾ ਸਾ ਲਹਿਸੁਨ। ਅਸੀਂ ਲਹਿਸੁਨ ਦੀ 6-7 ਤੁਰੀਆਂ ਲਿੱਤੀਆਂ ਨੇ, ਇਹਨੂੰ ਐਸੇ ਹੀ ਪਾ ਦਿੱਤਾ ਹੈ। ਇਹਦੇ ਨਾਲ ਹੀ ਇਹਦੇ 'ਚ ਪਾਉਂਗੇ 1 ਹਰੀ ਮਿਰਚ। ਅਗਰ ਤੁਸੀਂ ਜ਼ਿਆਦਾ ਮਿਰਚ ਖਾਂਦੇ ਹੋ ਤਾਂ ਮਿਰਚ ਜ਼ਿਆਦਾ ਪਾ ਸਕਦੇ ਹੋ। 1 ਮੋਟੀ ਇਲਾਇਚੀ ਔਰ ਥੋੜ੍ਹਾ ਸਾ ਨਮਕ। ਪਾਣੀ ਜ਼ਿਆਦਾ ਨਹੀਂ ਪਾਉਣਾ, ਬਸ ਇੰਨਾ ਪਾਉਣਾ ਹੈ ਕਿ ਛੋਲੇ ਜਿਹੜੇ ਨੇ ਉਹ ਭਿੱਗ ਜਾਣ, ਯਾਨੀ ਪਾਣੀ 'ਚ ਡੁੱਬ ਜਾਣ ਪੂਰੀ ਤਰ੍ਹਾਂ। ਬਸ ਇੰਨਾ ਹੀ ਪਾਣੀ ਪਾਉਣਾ ਹੈ। ਇਹਨੂੰ ਅਸੀਂ ਮੀਡੀਅਮ ਗੈਸ ਕਰਕੇ 1/2 ਘੰਟੇ ਵਾਸਤੇ ਰੱਖ ਦਾਂਗੇ। ਫੁੱਲ ਗੈਸ 'ਤੇ ਛੋਲੇ ਨਹੀਂ ਉਬਾਲਣੇ ਕਿਉਂਕਿ ਪਾਣੀ ਜ਼ਿਆਦਾ ਨਹੀਂ ਪਾਇਆ ਸੀ ਔਰ ਪਾਣੀ ਘੱਟ ਹੈ। ਇਸ ਵਾਸਤੇ ਇਹਨੂੰ ਮੀਡੀਅਮ ਗੈਸ 'ਤੇ ਰੱਖ ਦਾਂਗੇ 1/2 ਘੰਟੇ ਲਈ। ਛੋਲਿਆਂ ਨੂੰ ਅਸੀਂ 1/2 ਘੰਟੇ ਲਈ ਉਬਾਲ ਲਿੱਤਾ ਹੈ ਔਰ ਇਹਦੀ ਸਟੀਮ ਨਿਕਲ ਗਈ ਹੈ। ਅਸੀਂ ਚੈੱਕ ਕਰ ਲਾਂਗੇ, ਛੋਲੇ ਬਿਲਕੁਲ ਅੱਛੀ ਤਰੀਕੇ ਨਾਲ ਗਲੇ ਹੋਣੇ ਚਾਹੀਦੇ ਨੇ, ਯਾਨੀ ਇਹਨੂੰ ਅਸੀਂ ਫੇਗੀਏ ਅਤੇ ਅੱਛੀ ਤਰੀਕੇ ਨਾਲ ਦਬ ਜਾਣੇ ਚਾਹੀਦੇ ਨੇ। ਇਹਨੂੰ ਅਸੀਂ ਅੱਛੀ ਤਰ੍ਹਾਂ ਕੜਛੀ ਨਾਲ ਹਿਲਾ ਲਾਂਗੇ, ਜਿਹੜਾ ਪਿਆਜ਼ ਹੈ ਉਹ ਘੁਲ ਜਾਏ ਔਰ ਮੋਟੀ ਇਲਾਇਚੀ ਨੂੰ ਬਾਹਰ ਨਿਕਾਲ ਦਾਂਗੇ ਕਿਉਂਕਿ ਸਾਨੂੰ ਖੁਸ਼ਬੂ ਅਸੀਂ ਪਾਈ ਸੀ, ਉਹਦਾ ਟੇਸਟ ਔਰ ਖੁਸ਼ਬੂ ਛੋਲੇ 'ਚ ਆ ਗਈ ਹੈ। ਇੱਕ ਕੜਾਹੀ 'ਚ ਪਾਇਆ ਤੇਲ ਅਸੀਂ ਔਰ ਇੱਥੇ ਲੈ ਰਹੇ ਹਾਂ ਅਸੀਂ 4 ਮੀਡੀਅਮ ਸਾਈਜ਼ ਦੇ ਟਮਾਟਰ, ਲਾਲ ਟਮਾਟਰ ਲੈਣੇ ਨੇ। ਇਹਨਾਂ ਨੂੰ ਅਸੀਂ ਪਿਊਰੀ ਬਣਾ ਲੈਣੀ ਹੈ। ਤੇਲ ਅੱਛੀ ਤਰੀਕੇ ਨਾਲ ਗਰਮ ਹੋ ਗਿਆ, ਇਹਦੇ 'ਚ ਪਾਵਾਂਗੇ ਅਸੀਂ 1/2 ਚਮਚ ਜੀਰਾ ਔਰ ਇੱਥੇ ਅਸੀਂ ਮਿਰਚ ਔਰ ਅਦਰਕ ਨੂੰ ਲੰਬਾ ਪਤਲਾ ਕੱਟ ਲਿੱਤਾ ਹੈ, ਉਹ ਪਾ ਦਾਂਗੇ। ਥੋੜ੍ਹੀ ਦੇਰ ਭੁੰਨਣ ਦੇ ਬਾਅਦ ਇਹਦੇ 'ਚ ਪਾ ਦਾਂਗੇ ਟਮਾਟਰ ਦੀ ਪਿਊਰੀ। ਹੁਣ ਬੇਸਿਕ ਮਸਾਲੇ ਪਾਉਣੇ ਨੇ, ਬਸ ਸੁੱਕਾ ਧਨੀਆ ਜ਼ਿਆਦਾ ਪਾਉਣਾ ਕਿਉਂਕਿ ਇਹਨੂੰ ਅਸੀਂ ਥੋੜ੍ਹਾ ਬਲੈਕ ਕਲਰ 'ਚ ਬਣਾਉਣਾ। ਅਤੇ ਅਸੀਂ ਇੱਥੇ 2 ਛੋਟੇ ਚਮਚ ਸੁੱਕਾ ਧਨੀਆ ਪਾ ਰਹੇ ਹਾਂ, ਕਸ਼ਮੀਰੀ ਲਾਲ ਮਿਰਚ, ਨਮਕ ਪਾ ਰਹੇ ਹਾਂ ਔਰ ਹਲਦੀ ਨਹੀਂ ਪਾਉਣੀ ਹੈ। ਸਾਰੇ ਮਸਾਲੇ ਪਾ ਕੇ ਇਹਦੇ 'ਚ ਪਾਵਾਂਗੇ ਥੋੜ੍ਹਾ ਸਾ ਗਰਮ ਮਸਾਲਾ ਔਰ ਥੋੜ੍ਹਾ ਸਾ ਚਨਾ ਮਸਾਲਾ। ਇਹਨੂੰ ਚੰਗੀ ਤਰੀਕੇ ਨਾਲ ਤਦ ਤੱਕ ਭੁੰਨਣਾ ਹੈ ਜਦ ਤੱਕ ਕਿ ਟਮਾਟਰ ਦੀ ਪਿਊਰੀ ਸੁੱਕ ਨਹੀਂ ਜਾਂਦੀ ਜਾਂ ਫਿਰ ਮਸਾਲਾ ਆਪਣਾ ਤੇਲ ਅੱਛੇ ਤਰੀਕੇ ਨਾਲ ਨਹੀਂ ਛੋੜ ਦਿੰਦਾ। ਥੋੜ੍ਹੀ ਸੀ ਪਾਵਾਂਗੇ ਕਸੂਰੀ ਮੇਥੀ ਔਰ ਫਿਰ ਸੇ ਥੋੜ੍ਹੀ ਦੇਰ ਭੁੰਨ ਲਾਂਗੇ। ਉਬਲੇ ਹੋਏ ਛੋਲੇ ਪਾ ਦਾਂਗੇ ਇਹਦੇ 'ਚ ਔਰ ਜਿੰਨਾ ਤੁਸੀਂ ਇਹਨੂੰ ਪਤਲਾ ਕਰਨਾ ਚਾਹੁੰਦੇ ਹੋ ਉਨਾ ਪਾਣੀ ਪਾ ਸਕਦੇ ਹੋ। ਅਸੀਂ ਇੱਥੇ ਪਾ ਰਹੇ ਹਾਂ ਚਾਹ ਦਾ ਪਾਣੀ, ਯਾਨੀ 1 ਕੱਪ ਪਾਣੀ ਲਿੱਤਾ ਸੀ, 1/2 ਚਮਚ ਚਾਹ ਪੱਤੀ ਇਹਨੂੰ ਅਸੀਂ ਉਬਾਲ ਲਿੱਤਾ ਸੀ ਉਹ ਇੱਥੇ ਪਾ ਰਹੇ ਹਾਂ, ਜਾਂ ਫਿਰ ਤੁਸੀਂ ਇਹਦੇ 'ਚ ਆਂਵਲਾ ਜਦ ਉਬਾਲੋ ਤਦ ਪਾ ਸਕਦੇ ਹੋ ਜਾਂ 1 ਟੀ ਬੈਗ ਵੀ ਪਾ ਸਕਦੇ ਹੋ ਜਦ ਅਸੀਂ ਛੋਲੇ ਉਬਾਲੇ ਸੀ। ਥੋੜ੍ਹਾ ਸਾ ਕਾਲਾ ਨਮਕ ਪਾਵਾਂਗੇ ਔਰ ਥੋੜ੍ਹਾ ਸਾ ਅਮਚੂਰ ਪਾਊਡਰ, ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਔਰ ਸਿਮ ਗੈਸ 'ਤੇ ਇਹਨੂੰ ਪਕਣ ਦਾਂਗੇ 5 ਮਿੰਟ ਲਈ। ਤਿਆਰ ਹੋ ਜਾਣਗੇ ਸਾਡੇ ਇਕਦਮ ਕਰਾਰੇ ਮਜ਼ੇਦਾਰ ਛੋਲੇ, ਹੁਣ ਬਣਾਉਂਦੇ ਹਾਂ ਅਸੀਂ ਭਟੂਰੇ। ਚਲੋ ਜੀ, ਛੋਲੇ ਤਾਂ ਸਾਡੇ ਬਣ ਗਏ ਨੇ, ਹੁਣ ਬਣਾ ਲੈਂਦੇ ਹਾਂ ਭਟੂਰੇ। ਔਰ ਭਟੂਰੇ ਦੀ ਰੈਸਪੀ ਐਸੀ ਜੋ ਤੁਹਾਨੂੰ ਬਹੁਤ ਹੀ ਪਸੰਦ ਆਉਣ ਵਾਲੀ ਹੈ ਕਿਉਂਕਿ ਅਸੀਂ ਇਹ ਬਣਾ ਰਹੇ ਹਾਂ ਬ੍ਰੈਡ ਦੇ ਸਾਈਡਸ ਦੇ ਨਾਲ, ਯਾਨੀ ਜਿਹੜੇ ਬ੍ਰੈਡ ਦੇ ਸਾਈਡ ਬਚ ਜਾਂਦੇ ਨੇ ਜਦ ਅਸੀਂ ਬ੍ਰੈਡ ਰੋਲ ਬਣਾਉਂਦੇ ਹਾਂ ਜਾਂ ਸੈਂਡਵਿਚ ਬਣਾਉਂਦੇ ਹਾਂ, ਅਤੇ ਇਹ ਸਾਈਡ ਅਸੀਂ ਛੋੜ ਦਿੰਦੇ ਹਾਂ। ਤੁਸੀਂ ਚਾਹੋ ਤਾਂ ਇੱਥੇ ਬ੍ਰੈਡ ਵੀ ਯੂਜ਼ ਕਰ ਸਕਦੇ ਹੋ, ਲੇਕਿਨ ਅਸੀਂ ਇਹ ਬ੍ਰੈਡ ਦੇ ਸਾਈਡ ਦਾ ਯੂਜ਼ ਕਰ ਰਹੇ ਹਾਂ। ਤੁਸੀਂ ਇਹ ਸਾਈਡ ਮਨਚੂਰੀਅਨ 'ਚ ਪਾ ਸਕਦੇ ਹੋ ਜਾਂ ਫਿਰ ਮੇਰੇ ਹਾਲ ਭਟੂਰਾ ਬਣਾ ਸਕਦੇ ਹੋ। ਜੋ ਸਾਈਡ ਜ਼ਿਆਦਾ ਕਾਲਾ ਹੈ ਉਹਨੂੰ ਤੁਸੀਂ ਨਿਕਾਲ ਦਿਉ, ਬਾਕੀ ਜਿਹੜੇ ਲਾਈਟ ਬਰਾਊਨ ਕਲਰ ਦੇ ਸਾਈਡ ਨੇ ਨਾ ਉਹ ਅਸੀਂ ਪੂਰੇ ਯੂਜ਼ ਕਰ ਲਾਂਗੇ ਔਰ ਭਟੂਰੇ ਇੰਨੇ ਕ੍ਰਿਸਪੀ ਔਰ ਟੇਸਟੀ ਬਣਦੇ ਨਾ ਇਹਦੇ ਨਾਲ ਕਿ ਤੁਸੀਂ ਖੁਦ ਬਣਾ ਕੇ ਇੱਕ ਵਾਰ ਦੇਖੋਗੇ ਤੁਹਾਨੂੰ ਲੱਗੇਗਾ ਇਹ ਬਹੁਤ ਅੱਛੇ ਭਟੂਰੇ ਬਣੇ ਨੇ। ਇਹਦੇ ਵਾਸਤੇ ਸਾਨੂੰ ਕੁਛ ਕਰਨਾ ਨਹੀਂ ਹੈ, ਸਿਰਫ ਬ੍ਰੈਡ ਦੇ ਜਿਹੜੇ ਸਾਈਡ ਨੇ ਇਹਨੂੰ ਇਕੱਠਾ ਕਰ ਲਿੱਤਾ ਸੀ ਅਸੀਂ ਔਰ ਇਹਨੂੰ ਅਸੀਂ ਮਿਕਸੀ 'ਚ ਪਾ ਕੇ ਇਕਦਮ ਬਾਰੀਕ ਪੀਸ ਲਾਂਗੇ, ਯਾਨੀ ਬਿਲਕੁਲ ਅਸੀਂ ਪਾਊਡਰ ਬਣਾ ਲਾਂਗੇ ਇਹਦਾ। ਤੁਸੀਂ ਦੇਖ ਸਕਦੇ ਹੋ ਬ੍ਰੈਡ ਨੂੰ ਅਸੀਂ ਬਿਲਕੁਲ ਬਾਰੀਕ ਪਾਊਡਰ ਬਣਾ ਦਿੱਤਾ, ਯਾਨੀ ਇਹਦੇ ਬ੍ਰੈਡ ਕ੍ਰੰਬਸ ਬਣ ਗਏ ਨੇ। ਇਹਨੂੰ ਅਸੀਂ ਨਿਕਾਲ ਲਾਂਗੇ ਕਿਸੇ ਵੀ ਬਾਊਲ 'ਚ ਜਿਹਦੇ 'ਚ ਅਸੀਂ ਆਟਾ ਲਗਾਉਣਾ ਹੈ। ਇਹਨੂੰ ਨਿਕਾਲਣ ਦੇ ਬਾਅਦ ਇਹਦੇ 'ਚ ਪਾਵਾਂਗੇ ਅਸੀਂ ਸੂਜੀ, ਇੱਥੇ ਅਸੀਂ 3 ਤੋਂ 4 ਚਮਚ ਸੂਜੀ ਲੈ ਰਹੇ ਹਾਂ। ਇਹਦੇ ਪਾਣੀ ਨਾਲ ਭਟੂਰੇ ਇਕਦਮ ਕ੍ਰਿਸਪੀ ਬਣਦੇ ਨੇ ਔਰ ਫੁੱਲੇ ਫੁੱਲੇ ਬਣਦੇ ਨੇ। ਇਹਦੇ 'ਚ ਪਾਵਾਂਗੇ ਥੋੜ੍ਹਾ ਸਾ ਮੈਦਾ,
यानी 4 चम्मच सूजी से ऐसी करीब 1 कप दे करीब ऐसे मैदा यूज कर रहे हैं। अच्छी तरह छान लेता सी ऐसी ऐसे जी पा देंगे ऐसी थोड़ी सी चीनी और थोड़ा सा नमक यानी आधी चम्मच चीनी पाइए और आधी चम्मच नमक। थोड़ा सा पाएंगे बेकिंग पाउडर। बेकिंग पाउडर बन पाने नाल भटूरे अच्छे फूल देने और सिर्फ बेकिंग पाउडर ज़्यादा नहीं पाना, सिर्फ आधा छोटा चम्मच ही पाना है। ऐसे पांगे ऐसी दही, एकदम खट्टी दही का यूज कर रहे हैं ऐसे। तो कोल अगर खट्टी दही नहीं है तो तुसी छाछ का या मठे का भी यूज कर सकते हो। ऐसे नाल ऐसी आटा गुन लेंगे। अगर दही ज़्यादा खट्टी है तो पानी थोड़ा सा पा लो, अगर दही मिठी है तो सानू पानी पाने की जरूरत नहीं है। ऐसे नॉर्मल जिमें आटा गुनने उवें गुंद लेंगे और थोड़ा सा टाइट आटा गुन लेंगे। आटा तो साडा गुंद गया है लेकिन यह नॉर्मल आटा है। इनू असी मुखियां दे के एकदम चिकना करना है। हाथ से थोड़ा सा लगाएंगे तेल और इनू 2-3 मिनट तक अच्छी तरह मुखियां दे के एकदम चिकना होने तक गुंद लेंगे। तुसी देख सकते हो बिल्कुल सॉफ्ट आटा लगाना है जिस नाल भटूरे ज़्यादा अच्छे बनेंगे। इनू असी रख देंगे रेस्ट वास्ते 1 घंटे लिए। रेस्ट कराना आटे नू बहुत जरूरी है क्योंकि भटूरे एदे नाल ही फुलते ने। जिन्ना असी इनू रेस्ट देंगे भटूरे उन्ने अच्छे फुलेंगे। इनू असी किसी भी डब्बे च या जिहड़े भांडे च असी गुंदिया उहदे च भी रख के इनू 1 घंटे लिए छोड़ देंगे। आटे नू रेस्ट देंदे हुए 1 घंटा हो गया। आटा बिल्कुल अच्छी तरह गुंद गया और थोड़ा सा फुल भी गया। बस सानू ऐसा ही आटा चाहिए भटूरे वास्ते। एदे असी पेड़े कट लेंगे और जब तक असी भटूरे बेल रहे हो ना असी एक साइड तेल गरम करने वास्ते रखते हैं। भटूर वास्ते तेल अच्छा गरम होना चाहिए है। जब तक तेल गरम हो रहा है असी इत्थे भटूरे बेल लेंगे। असी जिस शेप से भटूरे बेलने ने वैसे बेल लेंगे। तुसी लंबे बेलना चाहते हो तो वैसे बेल सकते हो या गोल बेलना चाहते हो तो वैसे भी बेल सकते हो। तेल अच्छे से जब गर्म हो जाए ता ही एदे च भटूरा पाना है। ठंडे तेल च भटूरा नहीं पाना नहीं तो वह फुलेगा नहीं। हुण एदे च पा देंगे बेलिया होया भटूरा और इनू अच्छे तरीके नाल दबाते हुए थोड़ा सा इनू दोनों साइड तो सेक लेंगे। तुसी देख सकते हो भटूरा किन्ना अच्छा फुल के रेडी होया। इनू थोड़ा सा ब्राउन कर लेंगे और दूजे साइड पलट देंगे। जैसे असी पहला भटूरा तलिया सी सेम वैसे ही सारे भटूरे असी तल के रख लेंगे और तुसी देख सकते हो कि सारे भटूरे अच्छी तरह फुलके और अच्छे बन रहे हैं एकदम ब्राउन। बारिश का मौसम में बनाओ यह रेसिपी छोले और भटूरे दी, सबनों बहुत ही पसंद आएगी और इंजॉय करो बारिश नू। अगर तुहानू वीडियो पसंद आया हो तो वीडियो नू लाइक करो। अगर चैनल नू हले तक सबसक्राइब नहीं किया तो सबसक्राइब करना ना भूलो और होरां नाल भी वीडियो शेयर करो ताकि असीं तुहानूं होर अच्छी रेसिपी दिखा सकीए।